हाँ जी सर, की नाम है जी? मेरा नाम बूटा सिंह, पिंड स्थापगढ़ तो सरपंच है जी। सर, थोड़े वालों पिंड दे विच सलाघा जो काम कीते जा रहे, की कहना चाहते हो? काम ऐदा जी, साढ़े अज तू कई साल तू पहला गलियां नालियां बहुत जाम सी, विच गारा फसिया सी, असी सीवरेज सारे साफ करवाए ने, ते नरेगा वाली बीबिया लाइया कुछ अपने पंचायत के बंदे दिहाड़ी आले ला के सारा वह काम कराया जी। बाकी आ सिव्या का काम सीगा जी साडा, इतने साढ़े जदू कोई तकरीबन मौत हो जाती सी इतने लंघना सानू बड़ा औखा सी, इहदा असी सारा पक्का कराया जी। बाकी साडे पिंड दे विच बहुत गलियां नालियां अजे कच्चियां ने जिहड़ियां असी वह पक्कियां करवाणियां ने। बाकी एक माता राणी दे नू जांदी सड़क वह कच्ची है जी, वह पक्की करानी है। साडे धर्मशाला का बहुत बुरा हाल है, जदों असी रविदास भगत जी का खंड पाठ रखाने जी, कोई मीह कणी का आज भी वो लेंटर उत्तों चौन लग पैंदा जी, उहदी मंग करदे आ। एक साडा स्कूल है जी, उहदी बहुत खस्ता हालत होई पई है, उहदे जोगे मंग करदे आ जी, वो सरकार तों मंग करदे आ MLA साहब तों कि सानू वध तों वध ग्रांट दित्ती जावे और साडे पिंड दे रहिंदे विकास जिहड़े ने इहनां दा काम कारज वधिया ढंग नाल हो जावे। सर जिस तरह सर भी इत्थे पहलो जंगल बियावान बनिया सी, हुण इन्नी सफाई थोड़े वल्लों करवाई कीती हैगी है, किस तरह दा लग रहा हुण? इत्थे जी बहुत दरखत सी, बड़ा पैड़ा है, तुसीं देख सकदे इहदी सारी सफाई करा के वड टैन साफ सुथरा करा के काम चल रहा जी। सी इहदा पत्थर पवा के इहदे ते फर्श पाया जाएगा सड़क दे उत्ते। इस तों वधों सरपंच साहब किहड़े किहड़े काम होर कीते जाणगे इहदे विच जी? पिंड दे विच दो तीन सड़कां ने, तीन चार बनाउण वालियां उह ने, इक माता राणी दी सड़क है जी, धर्मशाला दा काम है उह चलाणा, इक स्कूल दा जी, इक उहदा स्कूल दी साडी बड़ी खस्ता हाली होई है उहदा काम चलाणा जी, छे सत्त काम ने जी। ਤੇ ਸਰਕਾਰ ਤੋਂ ਕੀ ਅਪੀਲ ਕਰਦੇ ਹੋ ਤੁਸੀਂ? ਸਰਕਾਰ ਤੋਂ ਇਹੀ ਅਪੀਲ ਕਰਦੇ ਆ ਜੀ, ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਵੱਧ ਤੋਂ ਵੱਧ ਸਾਨੂੰ ਗ੍ਰਾਂਟ ਦਿੱਤੀ ਜਾਵੇ, ਸਾਡੇ ਜਿਹੜੇ ਪਿੰਡ ਦੇ ਰਹਿੰਦੇ ਕੰਮ ਨੇ ਇਹਨਾਂ ਦੇ ਸਾਰੇ ਐਨ ਵਧੀਆ ਢੰਗ ਨਾਲ ਪੂਰੇ ਹੋ ਜਾਣ। ਕੋਈ ਸਮਾਂ ਸਾਡੇ ਕੋਲ ਥੋੜਾ ਹੀ ਹੈ, ਇੰਨੇ ਸਮੇਂ ਦੇ ਵਿੱਚ ਅਸੀਂ ਆਪਣਾ ਕੰਮ ਪੂਰਾ ਕਰ ਸਕੀਏ। ਜਿਸ ਤਰ੍ਹਾਂ ਸਾਢੇ ਚਾਰ ਸਾਲ ਕੰਮ ਨਹੀਂ ਚੱਲਿਆ, ਲਾਸਟ ਵਾਲੇ ਦਿਨਾਂ ਦੇ ਵਿੱਚ ਆਉਂਦੇ ਸਾਰ ਹੀ ਤੁਸੀਂ ਕੰਮ ਕਰਨੇ ਸ਼ੁਰੂ ਕਰ ਦਿੱਤੇ, ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ? ਅਜੇ ਜੀ ਸਾਨੂੰ ਕੰਮ ਸ਼ੁਰੂ ਕਰੇ ਨੂੰ ਹਜੇ 15 ਦਿਨ ਹੀ ਹੋਏ ਨੇ, 20 ਦਿਨ ਹੋਏ ਨੇ ਜੀ, 15-20 ਦਿਨਾਂ ਦੇ ਵਿੱਚ ਐਨ ਪੂਰਾ ਪਿੰਡ ਦਾ ਵਧੀਆ ਸਾਫ ਸੁਥਰਾ, ਜਿੱਥੇ ਜਿੱਥੇ ਪਾਣੀ ਖੜਾ ਸੀ ਪਾਣੀ ਕੋਈ ਕਿਸੇ ਪਾਸੇ ਪਿੰਡ 'ਚ ਨਹੀਂ, ਗਲੀਆਂ ਨਾਲੀਆਂ ਬਿਲਕੁਲ ਸਾਫ ਨੇ। ਬਾਕੀ ਆਹ ਦੇਖ ਲਓ ਜੀ, ਆਹ ਸੜਕ ਦਾ ਕੰਮ ਚੱਲ ਪਿਆ, 1-2 ਦਿਨ ਤੱਕ ਪਿੰਡ ਦੀਆਂ ਸੜਕਾਂ ਦਾ ਕੰਮ ਚੱਲ ਪੈਣਾ ਜੀ, ਤੇ ਜਿਹੜੇ ਰਹਿੰਦੇ ਕੰਮ ਨੇ ਅਸੀਂ ਵੱਧ ਤੋਂ ਵੱਧ ਕਰਾਵਾਂਗੇ। ਨਾਲ ਦੇ ਪਿੰਡਾਂ ਦੀ ਪੰਚਾਇਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਇਹੀ ਕਹਿੰਦੇ ਆ ਜੀ, ਜਿਹੜੇ ਕੋਈ ਰਹਿੰਦੇ ਨੇ ਕੰਮ ਜਿੱਦਾਂ ਕੋਈ ਅਸੀਂ ਕਰ ਰਹੇ ਹਾਂ, ਇੱਦਾਂ ਹੀ ਵਧੀਆ ਢੰਗ ਦੇ ਨਾਲ ਕੰਮ ਕੀਤੇ ਜਾਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਨਾਮ ਰੋਸ਼ਨ ਕੀਤਾ ਜਾਵੇ। ਹਾਂਜੀ ਸਰ, ਕੀ ਨਾਮ ਹੈ ਜੀ? ਤਰਸੇਮ ਲਾਲ ਪੰਚ ਜੀ। ਕਿਹੜਾ ਪਿੰਡ ਹੈ ਜੀ? ਸਰਾਵਾੜੀ। ਤੁਹਾਡੇ ਵੱਲੋਂ ਪਿੰਡ ਦੇ ਵਿੱਚ ਸਲਾਘਾ ਜੋ ਕੰਮ ਕੀਤੇ ਜਾ ਰਹੇ ਨੇ, ਕੀ ਕਹਿਣਾ ਚਾਹੁੰਦੇ ਹੋ ਜੀ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ, ਜੋ ਕੋਈ ਅਸੀਂ ਕੰਮ ਕਰ ਰਹੇ ਹਾਂ ਹੋਰ ਵੀ ਪਿੰਡਾਂ ਦੀਆਂ ਪੰਚਾਇਤਾਂ ਇਹੋ ਜਿਹੇ ਆਪਣੇ ਪਿੰਡ ਦਾ ਸੁਧਾਰ ਕਰਨ। ਕੀ ਪਿੰਡ 'ਚ ਕੰਮ ਸ਼ੁਰੂ ਕੀਤੇ ਆ ਜੀ ਤੁਸੀਂ? ਕੰਮ ਜੀ ਇਹ ਸ਼ਮਸ਼ਾਨ ਘਾਟ ਦੀਆਂ ਸੜਕਾਂ ਦਾ ਅਤੇ ਬਾਕੀ ਗਲੀਆਂ ਨਾਲੀਆਂ ਸਾਫ ਕਰਾਈਆਂ, ਸੀਵਰੇਜ ਅਤੇ ਹੋਰ ਵੀ ਇੰਟਰਲੋਕ ਦੀਆਂ ਸੜਕਾਂ ਬਣਾਉਣੀਆਂ, ਕੱਚੀਆਂ ਸੜਕਾਂ ਮਾਤਾ ਰਾਮ ਮੰਦਰ ਨੂੰ ਜਾਂਦੀ ਸੜਕ ਉਹ ਪੱਕੀ ਬਣਾਉਣੀ ਆ। ਨਰੇਗਾ ਦਾ ਕੰਮ ਚੱਲ ਰਿਹਾ? ਨਰੇਗਾ ਦਾ ਕੰਮ ਚੱਲ ਰਿਹਾ ਜੀ, ਕੱਚ ਚੱਲ ਰਿਹਾ ਜੀ ਨਰੇਗਾ ਦਾ ਕੰਮ, ਇਹ ਆਪਣੇ ਸੜਕਾਂ ਦੀ ਬਰਮ ਸਾਫ ਕਰਾਈ ਜਾਂਦੇ ਆ ਜੀ। ਤੇ ਇਸ ਤੋਂ ਇਲਾਵਾ ਤੁਸੀਂ ਅੱਗੋਂ ਹੋਰ ਕੀ ਕੰਮ ਕਰ ਰਹੇ ਹੋ? ਕੋਈ ਕੰਮ ਸਾਡਾ ਸਕੂਲ ਦੀ ਇਮਾਰਤ ਖਸਤਾ ਹਾਲਤ ਆ ਜੀ, ਤੇ ਧਰਮਸ਼ਾਲਾ ਦਾ ਲੈਂਟਰ ਵੀ ਚਾਹੁੰਦਾ ਹੈ, ਉਹਨਾਂ ਬਾਰੇ ਵੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਨੂੰ ਗ੍ਰਾਂਟ ਦਿੱਤੀ ਜਾਵੇ। ਜਿਸ ਤਰ੍ਹਾਂ ਪਹਿਲੀ ਪੰਚਾਇਤ ਸੀ 4.5 ਸਾਲ ਕੰਮ ਬੰਦ ਰਿਹਾ, ਹੁਣ ਤੁਹਾਡੇ ਵੱਲੋਂ ਕੰਮ ਕਰਿਆ ਗਿਆ, ਅੱਗੋਂ ਤੁਸੀਂ ਕੀ ਚਾਹੁੰਦੇ ਹੋ ਸਰਕਾਰ ਕੋ ਵੀ ਤੁਹਾਨੂੰ ਵੱਧ ਤੋਂ ਵੱਧ ਗ੍ਰਾਂਟ ਦਿੱਤੀ ਜਾਵੇ? ਹਾਂਜੀ ਅਸੀਂ ਇਹੀ ਚਾਹੁੰਦੇ ਹਾਂ ਜੀ, ਸਾਨੂੰ ਗ੍ਰਾਂਟ ਦਿੱਤੀ ਜਾਵੇ, ਅਸੀਂ ਜਿਹੜੇ ਸਕੂਲ ਦੀ ਇਮਾਰਤ ਖਸਤਾ ਉਹਨੂੰ ਰਿਪੇਅਰ ਕਰਾਈ ਜਾਵੇ, ਧਰਮਸ਼ਾਲਾ ਦਾ ਲੈਂਟਰ ਨੂੰ ਰਿਪੇਅਰ ਕਰਾਈ ਜਾਵੇ। ਨਾਲ ਦੇ ਪਿੰਡ ਦੇ ਪੰਚਾਇਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਸੰਦੇਸ਼ ਦਿੰਦੇ ਹਾਂ ਜਿਵੇਂ ਅਸੀਂ ਆਪਣੇ ਪਿੰਡ ਦੀ ਸਫਾਈ 'ਚ ਲੱਗੇ ਹਾਂ, ਉਹ ਵੀ ਆਪਣਾ ਪਿੰਡਾਂ ਦੀ ਸਫਾਈ ਰੱਖਣ।